ਲੈ ਵੀ ਹੈਪੀ ਮੈਂ ਤਾਂ ਤੈਅ ਕਰ ਲਿਆ ਵੀ ਅੱਜ ਤੇਰੀ ਭਰਜਾਈ ਨੂੰ ਰੋਕਣਾ ਹੀ ਰੋਕਣਾ ਵਾ। ਗੋਪੀ ਵੀਰੇ ਅੱਜ ਕੱਟਾ ਕੱਟੀ ਕੱਢ ਦੇਣਾ ਆਪਾਂ, ਤੇਰੀ ਭਰਜਾਈ ਨੂੰ ਆਹ ਚਿੱਠੀ ਫੜਾ ਦੇਣੀ ਵੀਰੇ ਚਿੱਠੀ। ਯਾਰ ਮੈਂ ਘੰਟੇ ਦਾ ਚਵਲ ਮਾਰ ਰਿਹਾ, ਇੰਨੇ ਵੀ ਕਿੰਨੇ ਕੁ ਬਿਜ਼ੀ ਹੋ ਤੁਸੀਂ ਮੇਰੀ ਗੱਲ ਨਹੀਂ ਸੁਣ ਰਹੇ। ਗੋਪੀ ਵੀਰੇ ਤੇਰੀ ਭਰਜਾਈ ਨੂੰ ਚਿੱਠੀ ਦੇਣੀ ਆ ਚਿੱਠੀ। ਉਹ ਦੇ ਦੇ ਯਾਰ, ਜੇ ਗਿਆ ਤਾਂ ਹੀਰੋ ਬਣ ਕੇ ਜਾਈ, ਐਵੇਂ ਨਾ ਮੂੰਹ ਚੱਕ ਕੇ ਤੁਰ ਜੀ। ਆ ਮੋਬਾਈਲ ਦੇ ਦੇ ਮੈਨੂੰ, ਮੇਰੀ ਮਾੜੀ ਜਿਹੀ ਡੈਸ਼ ਬਣ ਜੂ। MLA ਦਾ ਫੋਨ ਆਉਣਾ। ਸਾਲਿਆ ਮੋਬਾਈਲ ਨਹੀਂ ਦੇਣਾ, ਨਾ ਦੇ ਘੱਟੋ ਘੱਟ ਝੂਠਤਾ ਨਾ ਬੋਲ। ਚੱਲ ਆ ਦਾਣੇ ਦੇ ਦੇ ਪੰਜ ਚਾਰ ਕੁ। ਜੇ ਗਿਆ ਤਾਂ ਹੀਰੋ ਬਣ ਕੇ ਜਾਈ, ਐਵੇਂ ਨਾ ਮੂੰਹ ਚੱਕ ਕੇ ਤੁਰ ਜੀ। ਹੋ ਇੱਕ ਮਿੰਟ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਜੀ ਤੁਹਾਡੇ ਲਈ। ਆ ਕੀ ਹੈ? ਚਿੱਠੀ ਹੈ ਜੀ। ਕਾਹਦੀ ਚਿੱਠੀ? ਤੁਹਾਡੇ ਲਈ ਹੈ ਜੀ, ਪੜ੍ਹ ਕੇ ਦੇਖ ਲਓ। ਆਪ ਹੀ ਪੜ੍ਹ ਕੇ ਸੁਣਾ ਦਿਓ। ਮੈਂ ਜੀ? ਹਾਂ। ਭਾਬੀ ਦੇ ਸਾਹਮਣੇ ਪੜ੍ਹਦਾ ਜੀ। ਇਹ ਕਿਵੇਂ ਤੁਹਾਡੀ ਭਾਬੀ ਹੋ ਗਈ? ਉਹ ਸਾਡਾ ਯਾਰ ਗੋਪੀ 2 ਸਾਲਾਂ ਤੋਂ ਟਰਾਈ ਮਾਰਦਾ ਜੀ, ਇੱਥੇ ਇੱਕ ਕਿਸਮ ਦੀ ਭਾਬੀ ਹੋ ਲੱਗੀ ਸਾਡੀ ਤਾਂ। ਚਲੋ ਛੱਡੋ, ਤੁਸੀਂ ਚਿੱਠੀ ਪੜ੍ਹ ਕੇ ਸੁਣਾਓ। ਅੱਛਾ, ਮੈਂ ਇੱਧਰ ਨੂੰ ਆ ਜਾਂਦਾ ਜੀ। ਸੇਵਾ ਵਿਖੇ ਸਤਿਕਾਰਯੋਗ ਪ੍ਰਭਜੋਤ ਕੌਰ ਜੀ, ਮੈਂ ਪਿੰਡ ਕੁੰਕਲਾਂ ਜ਼ਿਲ੍ਹਾ ਲੁਧਿਆਣਾ ਦਾ ਪੱਕਾ ਨਿਵਾਸੀ ਹਾਂ। ਮੈਂ ਤਕਰੀਬਨ ਪਿਛਲੇ 2 ਸਾਲਾਂ ਤੋਂ ਤੁਹਾਨੂੰ ਰੋਜ਼ ਸਵੇਰੇ ਗੁਰਨਾਮ ਦੇ ਟੈਂਪੂ 'ਤੇ ਚੜ੍ਹਾਉਣ ਆਉਂਦਾ, ਮਤਲਬ ਥੋੜ੍ਹਾ ਟਾਈਮ ਚੱਕਦਾ ਜੀ। ਸੋ ਕਿਰਪਾ ਕਰਕੇ ਆਪ ਮੇਰੇ ਨਾਲ ਨੇੜਤਾ ਵਧਾਉਣ ਦੀ ਕਿਰਪਾਲਤਾ ਕਰੋ, ਤਾਂ ਜੋ ਮੈਂ ਆਪਣੇ ਯਾਰਾਂ ਦੋਸਤਾਂ ਦੇ ਕਾਰਜ ਫੂਕ ਸਕਾਂ। ਆਪ ਜੀ ਦਾ ਆਗਿਆਕਾਰੀ ਗਿੱਪੀ ਗਰੇਵਾਲ। ਮਿਤੀ 38/8/2000। ਆ ਸਾਲੇ ਟੈਂਪੂ ਵਾਲੇ ਨੇ ਵੀ ਹੁਣੇ ਆਉਣਾ ਸੀ। ਤੂੰ ਬਰਫ ਦੀ ਡਲੀ ਵਾਂਗੂ ਘੁਰੇਗੀ, ਜਦ ਕੁੜੀਆਂ ਚ ਗੱਲ ਮੇਰੀ ਤੁਰੇਗੀ। ਬਰਫ ਦੀ ਡਲੀ ਵਾਂਗੂ ਘੁਰੇਗੀ, ਜਦ ਕੁੜੀਆਂ ਚ ਗੱਲ ਮੇਰੀ ਤੁਰੇਗੀ। ਨੀ ਤੂੰ ਜਾਪਿਆ ਕਰੇਗੀ ਚਿਹਰੀ ਬੁੱਲੀਆਂ ਤੇ ਨਾ ਮੇਰਾ ਆ ਲੈਣ ਦੇ। ਲੈਣ ਦੇ ਹੋਟਲ ਜਲਦੀ ਸਰਾਣੇ ਰੱਖ।
सेवा विखे सत्कार योग गरेवाल साहब तुसी करे होना कि मैं फोटो सराने रख के सौ जा ला फोटो कानु सराने रखनी है आया दो मिनट जी मैं स्ता जी मैं चलदा नहीं चंगा बिहाड़ी हेलो ओके उस्ताद जी दिन बदल गए पर अपने बिजू नहीं बदले है पर सड़िया की वधिया भी यही गल आ चंगा होए।